ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਤੇ ਦਿੱਲੀ ਦੇ ਵਿੱਚ ਪਾਣੀ ਦੀ ਮੰਗ ਨੂੰ ਪੂਰਾ ਕਰਨ ਦੇ ਲਈ BBMB ਮੈਨੇਜਮੈਂਟ ਨੇ ਆਪਣੇ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮ ਮੁਤਾਬਕ ਅੱਜ 13 ਜੂਨ ਸਵੇਰੇ 6 ਵਜੇ ਤੋਂ ਸਤਲੁਜ ਦਰਿਆ ਵਿੱਚ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ। 12 ਵਜੇ ਤੱਕ 4000 ਕਿਊਸਕ ਪਾਣੀ ਛੱਡਿਆ ਜਾ ਚੁੱਕਿਆ। ਪਾਣੀ ਛੱਡਣ ਦਾ ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਲੋੜੀਂਦਾ ਪਾਣੀ ਨਹੀਂ ਹੋ ਜਾਂਦਾ, ਅਤੇ ਜੇਕਰ ਸਹਾਇਕ ਰਾਜਾਂ ਦੀ ਮੰਗ ਹੋਰ ਵੱਧਦੀ ਹੈ ਤਾਂ ਪਾਣੀ ਦੀ ਮਾਤਰਾ ਵੀ ਵਧਾਈ ਜਾ ਸਕਦੀ ਹੈ। ਹਾਲਾਂਕਿ ਦਰਿਆ ਕੰਢੇ ਰਹਿਣ ਵਾਲੇ ਲੋਕਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਪਾਣੀ ਦੇ ਨਾਲ ਹੜ੍ਹ ਦਾ ਖਤਰਾ ਨਹੀਂ ਹੈ, ਲੇਕਿਨ ਪਾਣੀ ਦੇ ਵਧੇ ਹੋਏ ਪੱਧਰ ਦੇ ਕਾਰਨ ਅਹਿਤਿਆਤਨ ਅਪੀਲ ਕੀਤੀ ਜਾ ਰਹੀ ਹੈ। ਇਹ ਦੇਖੋ ਜੀ, ਜਿਹੜਾ ਅਸੀਂ ਪਾਣੀ ਛੱਡ ਰਹੇ ਹਾਂ ਇਹ ਕੋਈ ਫਲੱਡ ਵਾਟਰ ਨਹੀਂ ਹੈਗਾ। ਇਹ ਨਹੀਂ ਸਾਡੇ ਕੋਲ ਪਾਣੀ ਜ਼ਿਆਦਾ ਤਾਂ ਛੱਡ ਰਹੇ ਹਾਂ, ਕੋਈ ਪੈਨਕੀ ਹੋਣ ਦੀ ਲੋੜ ਨਹੀਂ। ਸਾਡੀਆਂ ਜਿਹੜੀਆਂ ਨੰਗਲ ਹਾਈਡਲ ਚੈਨਲ ਅਤੇ ਅਨੰਦਪੁਰ ਸਾਹਿਬ ਹਾਈਡਲ ਹੈ, ਉਹ 23000 ਪਾਣੀ ਹੀ ਕੈਰੀ ਕਰਦੀਆਂ ਨੇ। ਸੋ ਜੇ ਪਾਣੀ ਦੀ ਡਿਮਾਂਡ ਹੇਠਾਂ ਪੰਜਾਬ, ਹਰਿਆਣਾ, ਰਾਜਸਥਾਨ ਦੀ 23000 ਤੋਂ ਜ਼ਿਆਦਾ ਵੱਧ ਜਾਂਦੀ ਹੈ ਤਾਂ ਸਾਨੂੰ ਨੰਗਲ ਡੈਮ ਤੋਂ ਡਾਊਨ ਸਟ੍ਰੀਮ ਦਰਿਆ 'ਚ ਪਾਣੀ ਛੱਡਣਾ ਪੈਂਦਾ ਹੈ। ਇਹ ਇਸ ਲਈ ਛੱਡਦੇ ਹਾਂ, ਇਸ ਟਾਈਮ ਉੱਥੇ ਡਿਮਾਂਡ ਵਧੀ ਹੋਈ ਹੈ ਪਾਣੀ ਦੀ, ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ। ਤਾਂ ਅਸੀਂ ਕਰੀਬ 3500 ਪਾਣੀ ਹੁਣ ਅਸੀਂ ਹੁਣ ਛੱਡਿਆ ਉੱਥੇ ਦਰਿਆ ਦੇ ਵਿੱਚ। ਜੇ ਡਿਮਾਂਡ ਹੋਰ ਵੱਧਦੀ ਹੈ, ਗਰਮੀ ਪੈਂਦੀ ਰਹੀ, ਵਾਧੂ ਛੱਡਣਾ ਪੈ ਸਕਦਾ ਹੈ। ਔਰ ਜੇ ਮੀਂਹ ਬਾਰਿਸ਼ ਵਗੈਰਾ ਪੈ ਜਾਂਦੀ ਹੈ, ਡਿਮਾਂਡ ਘੱਟ ਜਾਂਦੀ ਹੈ, ਤਾਂ ਅਸੀਂ ਘਟਾ ਵੀ ਦੇਵਾਂਗੇ। ਲੇਕਿਨ ਪੈਨਕੀ ਹੁੰਦੀ ਲੋੜ ਨਹੀਂ, ਮੈਕਸੀਮਮ 7-8000 ਤੱਕ ਜਾ ਸਕਦਾ ਬਹੁਤ ਪਾਣੀ, ਇਹ ਤੋਂ ਜ਼ਿਆਦਾ ਪਾਣੀ ਨਹੀਂ ਜਾਏਗਾ। ਇਸ ਟਾਈਮ ਜਿਹੜਾ ਹੈਗਾ 3500-4000 ਹੈਗਾ, ਇਸ ਤੋਂ ਜ਼ਿਆਦਾ ਨਹੀਂ ਹੈ। ਹਾਂਜੀ, ਅੱਛੀ ਗੱਲ ਹੈ, ਸੁਚੇਤ ਰਹਿਣ, ਕਿਉਂਕਿ ਕਈ ਵਾਰ ਬੰਦੇ ਬੱਚੇ ਪੁਰਾਣੇ ਦੇ ਹਿਸਾਬ ਨਾਲ ਵੀ 500-700 ਕਿਸੇ ਪਾਣੀ ਚੱਲ ਰਿਹਾ ਵਿੱਚ ਚਲੇ ਜਾਂਦੇ ਨੇ ਦਰਿਆ ਦੇ, ਤਾਂ ਪਾਣੀ ਗੇਟ ਉੱਤੇ ਡੂੰਘਾ ਹੁੰਦਾ ਅਤੇ ਉਹ ਖਤਰਾ ਰਹਿੰਦਾ ਕੋਈ ਨਾ ਕੋਈ। ਸੋ ਮੈਂ ਤਾਂ ਇਹੀ ਸਾਰਿਆਂ ਨੂੰ ਐਡਵਾਈਸ ਕਰਾਂਗਾ ਕਿ ਸਾਡਾ ਦੱਸਣ ਦਾ ਪਰਪਜ ਇਹੀ ਹੈ ਵੀ ਆਪਾਂ ਦਰਿਆ ਦੇ ਨੇੜੇ ਨਾ ਜਾਈਏ, ਕਿਤੇ ਪਾਣੀ ਅਚਾਨਕ ਛੱਡਣਾ ਪੈ ਜਾਂਦਾ ਸਾਨੂੰ, ਬਸ ਡਿਮਾਂਡ ਆ ਗਈ, ਅਸੀਂ ਉਸਦਾ ਇੰਟੀਮੇਟ ਕਰਨ ਲੇਟ ਹੋ ਜਾਈਏ। ਵੈਸੇ ਤਾਂ ਅਸੀਂ 24 ਘੰਟੇ ਪਹਿਲਾਂ ਇੰਟੀਮੇਟ ਕਰਦੇ ਹੀ ਕਰਦੇ ਹਾਂ, ਪਰ ਫਿਰ ਵੀ ਕਿਸੇ ਨੂੰ ਉਸਦਾ ਨਾ ਪਤਾ ਲੱਗੇ। ਸੋ ਜਦੋਂ ਤੱਕ ਇਹ ਹੈਗਾ ਇਸ ਟਾਈਮ ਚੱਲ ਰਿਹਾ, ਤਾਂ ਅਵਾਇਡ ਹੀ ਕਰਨਾ ਚਾਹੀਦਾ।